ਖਿੱਡੂ ਦੀ ਪੈ ਗਈ ਮੇਰੇ ਮਿੱਤਰੋ। ਚਾਰ ਜਾਫੀ ਤਿਆਰ ਨੇ, ਇੱਕ ਬੰਨੇ ਜਿਹੜੀ ਟੀਮ ਹੈ RGBS ਕਬੱਡੀ ਕਲੱਬ ਕੈਨੇਡਾ ਸੁਰਖਪੁਰੀ ਕੀਪੇ ਦੀ ਟੀਮ ਹੈ ਔਰ ਕਬੱਡੀ ਦੇ ਮੈਦਾਨ ਵਿੱਚ ਪਹਿਲੀ ਰੇਡ ਕੰਨਾ 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 ਤੇ ਫਿੱਡੂ ਫਿੱਡੂ ਤੇ ਕੰਨਾ ਬੱਲੇ 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 ਮੁੰਡਿਆ ਆਹ ਨਹੀਂ ਰੀਸਾ ਇੱਥੇ ਰੱਖ ਪੈਂਦੀ ਹੋਈ ਰੇਡ ਇਧਰਲੇ ਬੰਨੇ ਚਪੈਂਜੀ ਆ ਗਿਆ ਗੁਰਸੇਵ ਸਿੰਘ ਬੇ ਕਬੱਡੀ ਰੋਡਿਆਂ ਵਾਲਾ ਕਰੀ ਮੀਰਾ ਗੱਲ ਲਓ ਕਹਿੰਦੇ ਚਪੈਂਜੀ ਉਹ ਪਾ ਹੋਈ ਗਬਰੂ ਹੈ ਪਹਿਲਾਂ ਹੀ ਛਾਲ ਮਾਰਦੀ ਹੈ ਚਪੈਂਜੀ ਖਾਲਸਾ ਜੀ ਇੱਕ ਮਿੰਟ ਲਓ ਸਾਹਮਣੇ ਪਈ ਹੋਈ ਰੇਡ ਹੁਣ ਚਪੈਂਜੀ ਨੂੰ ਕੌਣ ਜਫਾ ਲਾਵੇਗਾ ਦੁਨੀਆ ਪੱਬਾਂ ਤੇ ਹੋ ਗਈ ਹੈ ਵੀ ਆਹ ਬੱਚਿਆਂ ਦੀ ਖੇਡ ਜਦੋਂ ਯੂਟਿਊਬ ਤੇ ਵੀ ਦੇਖਣ ਨੂੰ ਮਿਲਦੀ ਹੈ ਜਿਹੜੇ ਵਿਊ ਹੈ ਉਹ ਵੀ ਕਈ ਲੱਖਾਂ ਤੇ ਪੁੱਜ ਜਾਂਦੇ ਹੈ ਲਓ ਸਾਹਮਣੇ ਚਪੈਂਜੀ ਦੀ ਰੇਡ ਮੁਕਾਬਲਾ ਸਖਤ ਹੈ ਪਰ ਮੁੰਡਾ ਚਪੈਂਜੀ ਹੱਥਾਂ ਚੋਂ ਨਿਕਲ ਗਿਆ ਹੇ ਆਓ ਸੱਪ ਮੇਲਦੇ ਆ ਪਹਿਲਾਂ ਵੀ ਮੇਲ ਗਏ ਤੇ ਹੁਣ ਵੀ ਮੇਲਣਗੇ ਯਾਰ ਆ ਗਈ ਮੇਰੇ ਮਿੱਤਰੋ ਸੁਖਮੰਦਰ ਸਿੰਘ ਕਰਦੇ ਗੱਲ ਵੀਰਾ ਫਿਰ ਜਲਦੀ ਨਾਲ ਅਸੀਂ ਜਥੇਦਾਰ ਇੰਦਰਜੀਤ ਸਿੰਘ ਜੀ ਜੀਰਾ ਕੁਲਵੀਰ ਸਿੰਘ ਜੀ ਜੀਰਾ MLA ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਜਥੇਦਾਰ ਸਾਹਿਬ ਨੂੰ ਦੱਸ ਦਈਏ ਕਿ 15-20 ਸਾਲ ਅਸੀਂ ਲੇਟ ਹਾਂ ਪਿੱਛੇ ਹਾਂ ਉਹ 15-20 ਸਾਲਾਂ ਦਾ ਜਿਹੜਾ ਗੁੱਸਾ ਆਪਣੀ ਸਰਕਾਰ ਦੇ ਵਿੱਚ ਹੀ ਕੱਢਣਾ ਤੇ ਅਸੀਂ ਉਹ 15-20 ਸਾਲ ਅੱਗੇ ਲਿਆਉਣਾ ਪਿੰਡ ਨੂੰ ਬੋਈ ਵਾਲੇ ਨੂੰ ਸੋ ਤੁਹਾਡੇ ਆਸ਼ੀਰਵਾਦ ਦੇ ਨਾਲ ਸਰਦਾਰ ਮਸਤਾਨ ਸਿੰਘ ਜੀ ਸਰਪੰਚ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਇਹ 5 ਸਾਲਾਂ ਦੇ ਵਿੱਚ ਆਪਾਂ ਪਿੰਡ ਨੂੰ ਜਿੰਨਾ ਕੁ ਸਾਡਾ ਪਿੰਡ ਲੇਟ ਹੋਇਆ ਉਹਨਾਂ ਕੁ ਆਪਾਂ ਅੱਗੇ ਲੈ ਕੇ ਆਉਣਾ ਬਹੁਤ ਧੰਨਵਾਦ ਲਾ ਉਧਰਲੇ ਬੰਨੇ ਕਹਿੰਦੇ ਜੁਗਨੂ ਦੀ ਪਾਈ ਹੋਈ ਰੇਡ ਜੁਗਨੂ ਤੇ ਕ੍ਰੈਸ਼ ਦੀ ਟੱਕਰ ਹੈ ਮੇਰੇ ਮਿੱਤਰੋ ਮੈਦਾਨ ਦੇ ਵਿੱਚ ਆਓ ਜੁਗਨੂ 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 ਤੇ ਕ੍ਰੈਸ਼ ਹੱਟ ਪਾਸੇ ਫਿਟਵਾ ਟੱਕਾ ਵੱਜਦਾ ਮੁੰਡਿਆ ਆਓ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਚੋਰੀ ਪੱਟ ਕੇ ਗੰਨੇ ਚੂਪਣੇ ਢੇਰੀ ਲਾਉਣੀ ਛਿਲਕਾਂ ਦੀ ਧਾਪ ਪਾਥੀਆਂ ਗਾਲਾਂ ਲੈਣੀਆਂ ਜੜ ਹੁੰਦੇ ਸੀ ਹਲਤਾਂ ਦੀ ਖੱਟੀਆਂ ਬੀਆਂ ਮਿੱਠੀਆਂ ਲੱਗਣ ਉਹ ਤਾਏ ਦੇ ਬਾਗ ਦੀਆਂ ਕਾਟੋ ਆ ਗਈ ਰੋਡਿਆਂ ਵਾਲਾ ਕਰ ਗੱਲ ਲਓ ਕਹਿੰਦੇ ਕਾਟੋ ਆ ਗਈ ਕਾਟੋ ਨੂੰ ਗਾਲੜ ਵੀ ਆਖਿਆ ਜਾਂਦਾ ਹੈ ਲਓ ਕਹਿੰਦੇ ਗੱਲ ਚੱਲਦੀ ਹੈ ਕਾਟੋ ਦੀ ਉਹ ਮੁੰਡਾ ਭੱਜ ਤੁਰਿਆ ਦੋ ਖਿਡਾਰੀਆਂ ਦੇ ਦਰਮਿਆਨ ਕਾਟੋ 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 ਤੇ ਕੰਨਾ ਉਧਰਲੇ ਬੰਨੇ ਜੀਰਾ ਸਾਹਿਬ ਦੋ ਟੀਮਾਂ ਲਈ ਵੱਡੇ ਮਾਣ ਸਨਮਾਨ ਪੁੱਜਦੇ ਕਰਦੇ ਆ ਹਾਂ ਫੜ ਵੀ ਅਜੇ ਮੈਨੂੰ ਲੱਗਦਾ ਕਾਟੋ ਕੜਕੇ ਜੜ ਗਈ ਹੈ ਕਾਟੋ ਕੜਕੇ ਚ ਅੜ ਗਈ ਆ ਮੇਰੇ ਮਿੱਤਰੋ ਜਫਾ ਲੱਗ ਗਿਆ ਔਰ ਬਹਿ ਜਾ ਹੋ ਗਈ ਹੈ ਬਲਦੇਵ ਸਿੰਘ ਦੀ ਸਰਪੰਚ ਉਹ ਵੀ ਦੋ ਟੀਮਾਂ ਲਈ 100-100 ਦੇ ਮਾਣ ਸਨਮਾਨ ਪੁੱਜਦੇ ਕਰਦੇ ਆ ਪੈਂਦੀ ਹੋਈ ਰੇਡ ਇਹਨੂੰ ਲੋਗੜ ਕਹਿੰਦੇ ਆ ਮੇਰੇ ਮਿੱਤਰੋ ਐਨ ਚਾਰੇ ਦੇ ਚਾਰੇ ਤਿਆਰ ਲੈ ਵੀ ਭਾਨੀ ਮਾਰਾ ਜਫਾ ਲਾਉਣਾ ਪੈਣਾ ਜਾਂ ਕਹਿ ਗਡਾਸੇ ਨੂੰ ਜਾਂ ਕਹਿ ਗਡਾਸੇ ਨੂੰ ਵੇਖ ਲੈ ਬਿੰਦਰਾ ਇਹਨੂੰ ਭਾਨੀ ਮਾਰ ਕਹਿੰਦੇ ਆ ਪਿੰਡ ਚ ਬੰਦਾ ਭਾਨੀ ਮਾਰ ਮਾੜਾ ਹੀ ਹੁੰਦਾ ਭੱਜ 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 ਲੋਗੜਾ ਭੱਜ ਲੋਗੜਾ ਲੋਗੜਾ ਮਾਰਿਆ ਲੋਗੜਾ ਮਾਰਿਆ ਕਰ ਪਰ ਮਾਰਿਆ ਕਰ ਪਤੰਦਰਾ ਪੋਲੇ ਪੋਲੇ ਪਰ ਲੋਗੜ ਦੇ ਮਾਰਨ ਦਾ ਵੀ ਸਵਾਦ ਆ ਜਾਂਦਾ ਪੋਲੀ ਵੱਜਦੀ ਨਹੀਂ ਕਹਿਣ ਨੂੰ ਕਹੀ ਜਾਂਦੀ ਹੈ ਲਓ ਫਿੱਡੂ ਆ ਗਿਆ ਰੇਡ ਪਾਉਣ ਦੇ ਲਈ ਸਰੀਣਾ ਜਿਮ ਵਾਲੇ ਮੰਗੇ ਦਾ ਸਨਮਾਨ ਕੀਤਾ ਜਾਣਾ ਸਾਡੇ ਵੀਰ ਸਾਡੇ ਦਰਮਿਆਨ ਪਹੁੰਚ ਜੋ ਬਾਈ ਜੱਗੇ ਦੇ ਵੱਲੋਂ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਪਹਿਲਾ ਮੈਚ ਬੋਲੀ ਜਰਾ ਸਵਰਾਜ ਫਿੱਡੂ ਸੱਟ ਲਿਆ ਅਗਲਿਆਂ ਨੇ ਆਓ ਫਿੱਡੂ ਇੱਕ ਬਲਵਿੰਦਰ ਫਿੱਡਾ ਦੁਨੀਆ ਦਾ ਰੁਸਤਮੇ ਹੋਇਆ ਨਹੀਂ ਰੀਸਾਂ ਇਹ ਆਓ ਆਓ ਜਿੰਨਾ ਫਿੱਡੂ ਥੱਲਿਓ ਹਿਲਦਾ ਉਹਨਾਂ ਫਿੱਡੂ ਦਾ ਢਿੱਡ ਵੀ ਹਿਲਦਾ ਆਓ ਵੱਜਦੀਆਂ ਥਾਪੀਆਂ ਆਓ ਵੱਜਦੀਆਂ ਥਾਪੀਆਂ ਕਈ ਵਾਰ ਪੈ ਜਾਂਦੇ ਫਿੱਡੂ ਦੇ ਢਿੱਡ 'ਚ ਚਪੈਂਜੀ ਰੇਡ ਪਾਉਣ ਦੇ ਲਈ ਆ ਗਿਆ ਚਪੈਂਜੀ ਦੀ ਰੇਡ ਚਾਰ ਜਾਫੀ ਤਿਆਰ ਹੈ ਘੋਲੀਆ ਕਲਾਂ ਤੇ ਜੈਤੋ ਟੀਮਾਂ ਜਲਦੀ ਆ ਜਾਣ ਘੋਲੀਆ ਤੇ ਜੈਤੋ ਆਓ ਸਾਹਮਣੇ ਵੱਜਿਆ ਧੱਕਾ ਪਰ ਟੱਚ ਡਬਲ ਆਓ ਮੁੰਡਾ ਮਾਰਦਾ ਛਾਲਾ ਜਿੱਦਾਂ ਲੱਲੀਆਂ ਦਾ ਕਹਿੰਦੇ ਸੰਦੀਪ ਛਾਲ ਮਾਰਦਾ ਸੀਗਾ ਨਾ ਉਸੇ ਤਰ੍ਹਾਂ ਮੁੰਡੇ ਨੇ ਉੱਚੀ ਛਾਲ ਮਾਰੀ ਹੈ ਲਓ ਕਹਿੰਦੇ ਜ਼ਹਿਰ ਆ ਗਈ ਮੈਦਾਨ ਦੇ ਵਿੱਚ ਵੇਖ ਹੋਏ ਦਾਤੇ ਵਾਲਿਆ ਵਿੱਚ ਮੈਦਾਨਾਂ ਦੇ ਯਾਰ ਮੇਲਦੀ ਫਿਰਦੀ ਉਹ ਵਿੱਚ ਮੈਦਾਨਾਂ ਦੇ ਇਹ ਵੀ ਮੁੰਡੇ ਦਾ ਸਟਾਈਲ ਬੜਾ ਵੱਖਰਾ ਜਿਹਾ ਉਧਰਲੇ ਬੰਨੇ ਸਾਡਾ ਗੋਪੀ ਸਰਪੰਚ ਪੱਲੋ ਮਾਜਰਾ ਕੀਪਾ ਸੁਰਖਪੁਰੀਆ ਕੈਨੇਡਾ ਯਾਦਵਿੰਦਰ ਚੜਿਆਣਾ ਦੇ ਨਾਲ ਸਾਬੀ ਤੱਖੜ ਨਾਰਵੇ ਵਾਲਾ ਸਾਡਾ ਵੀਰ ਮਾਨ ਕਰਦਾ ਭਾਈ ਜੇ ਮੈਚ ਵਧੀਆ ਲੱਗ ਰਿਹਾ ਦੋਨਾਂ ਟੀਮਾਂ ਲਈ ਜ਼ੋਰਦਾਰ ਤਾੜੀ ਮਾਰ ਦਿਓ ਯਾਰ ਮੁੰਡੇ ਕਮਾਲ ਹੀ ਕਰੀ ਤੁਰੇ ਆਉਂਦੇ ਆ ਮੁੰਡੇ ਕਮਾਲ ਹੀ ਤੁਰ ਕਰੀ ਤੁਰੇ ਆਉਂਦੇ ਆ ਆਓ ਸਾਹਮਣੇ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਵਾਲੀ ਗੱਲ ਚਪੈਂਜੀ 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 ਅਮਲੀ ਨਵਾਇਆ ਮਾੜਾ ਤੇ ਲੱਕ ਫੜਾਇਆ ਮਾੜਾ ਆਓ ਕੁੰਡੀ ਅੜ ਗਈ ਆਓ ਕੁੰਡੀ ਅੜ ਗਈ ਚਪੈਂਜੀ
ਤੇ ਕ੍ਰਿਸ਼ ਮੇਰੇ ਮਿੱਤਰੋ, ਚਪੈਂਜੀ ਤੇ ਕ੍ਰਿਸ਼ ਮੇਰੇ ਮਿੱਤਰੋ। ਅਗਲੀ ਰੇਡ ਕਾਟੋ ਦੀ ਹੈ ਮੇਰੇ ਮਿੱਤਰੋ, ਮੁੰਡਾ ਕਿਊਟ ਜਿਹਾ ਨਿੱਕੀ ਜਿਹੀ ਉਮਰ ਦਾ, ਵੇਖ ਲੈ ਬਿੱਲਿਆ ਕਾਟੋ ਆ ਗਈ ਹੈ, ਇਹ ਹੈ ਕਾਟੋ ਮੇਰੇ ਮਿੱਤਰੋ। ਚੜਿਆਣਾ ਤੇ ਰਾਏਪੁਰ ਭਾਈਆਂ ਦੀ ਗੱਲ ਚੱਲਦੀ ਹੈ, ਲਓ ਸਾਹਮਣੇ ਕਹਿੰਦੇ ਜੀਪੀਐਸ ਕਬੱਡੀ ਕਲੱਬ ਕੈਨੇਡਾ ਤੇ ਦੂਸਰੇ ਬੰਨੇ ਚੜਿਆਣਾ, ਔਰ ਗੱਡਾਸਾ 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 ਗੱਡਾਸਾ। ਅਜੇ ਮੈਨੂੰ ਆ ਲੱਗਦਾ ਜਿਵੇਂ ਕੱਚਾ ਹੀ ਤੋੜ ਲਿਆ ਹੁੰਦਾ, ਬੇਹੋਏ ਮੁੰਡਿਆ, ਪਿਆਰ ਨਾ ਵੀ ਕਾਟੋ ਨਾ ਵੀ ਨੌਜਵਾਨ, ਸੰਭਲ ਵੀ ਮੁੰਡਿਆ। ਲੈ ਵੀ ਸਗਰਾਜ ਕਰ ਗੱਲ, ਜੁਗਨੂ ਆ ਗਿਆ, ਲਓ ਜੁਗਨੂ ਆ ਗਿਆ ਰੇਡ ਪਾਉਣ ਦੇ ਲਈ। ਜੁਗਨੂ ਦੀ ਰੇਡ, ਛੋਟੇ ਛੋਟੇ ਬੱਚੇ ਆ, ਪਰ ਦੁਨੀਆ ਟਿਕ ਜਾਂਦੀ ਹੈ ਜਦੋਂ ਇਹਨਾਂ ਬੱਚਿਆਂ ਦਾ ਮੈਚ ਚੱਲਦਾ ਹੈ। ਸਾਡੇ ਕੋਚ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ, ਸਾਡੇ ਵੀਰ ਨੇ ਬੜੀ ਪ੍ਰੈਕਟਿਸ ਕਰਵਾਈ ਹੈ। ਹੁਣ ਚਾਰਾਂ ਦੇ ਵਿੱਚੋਂ ਕੌਣ ਜੱਫਾ ਲਾਵੇਗਾ? ਆਓ, ਹਿੰਦੀ ਨੇ ਕੋਸ਼ਿਸ਼ ਕੀਤੀ ਹੈ ਪਰ ਮੁੰਡਾ ਥਾਪੀਆਂ ਮਾਰਦਾ ਆਉਂਦਾ। ਜਿਹੜਾ ਫਿੱਡੂ ਨੂੰ ਜੱਫਾ ਲਾ ਦੂਗਾ, ਜੀਰਾ ਸਾਹਿਬ ਜੀ ਵੱਲੋਂ 200 ਦਿੱਤਾ ਜਾਵੇਗਾ ਜਿਹੜਾ ਫਿੱਡੂ ਨੂੰ ਜੱਫਾ ਲਾਵੇਗਾ। ਔਰ ਲਾਓ ਫਿੱਡੂ ਨੂੰ ਜੱਫਾ, ਉਹਦੇ ਨਾਲ ਸਰਕਾਰ ਸ਼ਨੀ ਗਿੱਲ ਵੱਲੋਂ ਫਿੱਡੂ ਦੇ ਲਈ ਵੱਡੇ ਮਾਣ ਆ ਗਿਆ ਸ਼ਨੀ ਗਿੱਲ ਵੱਲੋਂ। ਜਿਹੜਾ ਫਿੱਡੂ ਨੂੰ ਜੱਫਾ ਲਾਊਗਾ 200 ਦਿੱਤਾ ਜਾਊਗਾ। ਅਜੇ ਡਡਵਿੰਡੀ ਵਾਲਿਆ, ਉਹ ਭੱਜਿਆ ਜਾਂਦਾ ਮੁੰਡਾ, ਧੱਕੀ ਜਾਂਦਾ ਜਿਵੇਂ ਤੇਜਾ ਸਿੰਘ ਭੂਤਨੀ ਧੱਕ ਦਿੰਦਾ। ਇੱਥੇ ਸਦਕੇ ਹੋ ਜਾਵਾਂ ਤੇਰੇ ਗੱਭਰੂ ਆ। ਅਜੇ ਅਜੇ ਇਹਦੇ 'ਚ ਆਉਂਦਾ ਕੌਣ ਹੈ? ਕਰੰਟ ਜਿਹਾ ਆਉਂਦਾ ਬੂਟਾ, ਕੋਚ ਹੱਸਿਆ ਕਿਉਂਕਿ ਇਹਦੇ ਐਕਸ਼ਨ ਹੀ ਲੈਦਾ ਹੈ, ਔਰ ਲੋਕਾਂ ਦਾ ਦਿਲ ਖੁਸ਼ ਕਰਨ ਵਾਲੇ ਐਕਸ਼ਨ ਨੇ, ਐਵੇਂ ਐਕਸ਼ਨਾਂ ਵਾਲੇ ਬੱਚੇ ਨਹੀਂ ਕਿਹਾ ਮੇਰੇ ਮਿੱਤਰੋ। ਲੋਗੜ ਲੋਗੜ ਦੀ ਰੇਡ ਪੈ ਰਹੀ ਹੈ, ਹੁਣ ਲੋਗੜ ਨੂੰ ਕਿਹੜਾ ਅੰਗੂਰੋ ਟੱਕਰੂਗਾ ਇਹਦਾ ਸਮਾਂ ਦੱਸੂਗਾ। ਲਓ ਕਰੇਲੇ ਨਾਲ ਟੱਕਰ ਹੋ ਗਈ ਹੈ, ਕਰੇਲਾ 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 ਹੋ ਗਈ ਹੈ। ਜੀਰਾ ਸਾਹਿਬ ਨਿੰਮ ਤੇ ਕਰੇਲਾ ਚੜ ਗਿਆ, ਆਹ ਨਿੰਮ ਵੀ ਕੌੜੀ ਤੇ ਕਰੇਲਾ ਵੀ ਕੌੜਾ, ਦੋਹੇ ਗੁਣਕਾਰੀ ਆ ਬੂਈਆਂ ਵਾਲੀਓ, ਦੋਹੇ ਗੁਣਕਾਰੀ ਹੈ। ਆਹ ਮੈਦਾਨ ਦੇ ਵਿੱਚ ਕਹਿੰਦੇ ਤਗੜਾ ਜੱਫਾ ਲੱਗ ਗਿਆ, ਵਾਹ ਓਏ ਕਰੇਲੇ ਹੈ। ਵਾਕਈ ਕਰੇਲੇ 'ਚ ਕਹਿੰਦੇ ਲੋਹੜਿਆਂ ਦੀ ਕੜੱਤਣ ਹੈ ਕਰੇਲੇ 'ਚ, ਕਰੇਲੇ ਕਹਿੰਦੇ ਸ਼ੂਗਰ ਵਾਲਿਆਂ ਵਾਸਤੇ ਵੀ ਚੰਗੇ ਹੁੰਦੇ ਹੈ। ਲਓ ਸਾਹਮਣੇ ਜ਼ਹਿਰ ਨੇ ਰੇਡ ਪਾ ਦਿੱਤੀ ਹੈ, ਮੁੰਡੇ ਦਾ ਹੇਅਰ ਸਟਾਈਲ ਵੀ ਡਿਫਰੈਂਟ ਜਿਹਾ, ਪਰ ਹੁਣ ਕੌਣ ਟੱਕਰੂਗਾ? ਜਦੋਂ ਬਰਾਬਰ ਦੇ ਨਾਲ ਟੱਕਰੂਗੀ ਸਵਾਦ ਫੇਰ ਆਉਣਾ ਹੈ। ਜ਼ਹਿਰ ਦੀ ਰੇਡ, ਚਾਰ ਚਫੇਰਾ ਭਰਿਆ ਹੋਇਆ ਬੂਈਆਂ ਵਾਲੇ ਦਾ ਮੇਲਾ, ਦੁਨੀਆ ਟੇਕ ਕੇ ਆਨੰਦ ਮਾਣ ਰਹੀ ਹੈ। ਲਓ ਜ਼ਹਿਰ ਦੀ ਰੇਡ, ਕਦੇ ਸੱਜੇ ਕਦੇ ਖੱਬੇ, ਲਓ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਚੱਲ ਰਹੀ ਹੈ। ਤੇਰੀਆਂ ਅੱਖਾਂ ਦੀਆਂ ਸ਼ਰਾਰਤਾਂ ਮੁੰਡਿਆ, ਮੁੰਡਿਆ ਲੈ ਵੀ ਅਜੇ ਇਧਰਲੀ ਸਾਈਡ ਆ ਜਾ, ਡਡਵਿੰਡੀ ਪਿੰਡ ਵਾਲਿਆ ਨੌਜਵਾਨ ਹੈ, ਔਰ ਸਿਰੇ ਦਾ ਮੁਕਾਬਲਾ ਖੇਡਿਆ ਜਾ ਰਿਹਾ ਮੈਦਾਨ ਦੇ ਵਿੱਚ। ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਵੀ ਜਿਹੜੀਆਂ ਨੇ ਉਹ ਤਿਆਰ ਬਰ ਤਿਆਰ ਹੋ ਕੇ ਖੇਡ ਮੈਦਾਨ ਦੇ ਵੱਲ ਪੁੱਜ ਜਾਣਗੀਆਂ। ਲਓ ਪੀਕੇ ਦੀ ਰੇਡ ਹੈ, ਪੀਕੇ ਇੱਕ ਫਿਲਮ ਇੱਕ ਮੂਵੀ ਆਈ ਆ ਬਾਲੀਵੁੱਡ ਦੇ ਵਿੱਚ, ਵੱਡਾ ਨਾਮ, ਪਰ ਪੀਕੇ ਨੇ ਕਹਿੰਦੇ ਤਕੜਾ ਨੰਬਰ ਜੋੜਿਆ। ਫਿੱਡੂ ਆ ਗਿਆ, ਬੋਵੀ ਤੇ ਮੰਮੋ ਸਾਡੇ ਵੀਰ ਇਹਨਾਂ ਬੋਲਾਂ ਦਾ ਬਹੁਤ ਵੱਡਾ ਮਾਣ ਸਨਮਾਨ ਕਰਦੇ ਆ। ਫਿੱਡੂ ਫੜਨਾ ਤਾਂ ਫਿੱਡੂ ਨੂੰ ਫੜੋ ਮੇਰੇ ਮਿੱਤਰੋ, ਮੈਂ ਵੀ ਅਜੇ ਕਹਿ ਕੰਨੇ ਨੂੰ ਜਾਂ ਕਹਿ ਗੜਾਸੇ ਨੂੰ ਕਿਹੜਾ ਫਿੱਡੂ ਨੂੰ ਜੱਫਾ ਲਾਵੇਗਾ। ਲਓ ਬੱਲੇ 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 ਬੱਲੇ, ਪੈਸਟਲ ਮੇਰੇ ਮਿੱਤਰੋ, ਇਹ ਹੈ ਪੈਸਟਲ ਬਦੂਖ ਦਾ ਬੱਚਾ, ਫਿੱਡੂ ਦੇ ਲੱਤੀ ਵੜ ਗਿਆ। ਲੈ ਫਿੱਡੂ ਹੁਣ ਪਾਈ ਭੰਗੜਾ, ਫੇਰ ਪਤਾ ਲੱਗੂ ਫਿੱਡੂ ਹੁਣ ਪਾਈ ਭੰਗੜਾ। ਔਰ ਸਾਹਮਣੇ ਹੁਣ ਤਾਂ ਉਹ ਗੱਲ ਬਣ ਗਈ ਵੀ ਖਰਬੂਜਾ ਕਰਦ ਤੇ ਡਿੱਗੇ ਚਾਹੇ ਕਰਦ ਖਰਬੂਜੇ ਤੇ, ਉਹ ਪੈ ਗਿਆ ਬੱਲੇ ਵੱਖਰੀ ਚੀਜ਼ ਵੇਖਣ ਨੂੰ ਮਿਲ ਰਹੀ ਹੈ। ਇਹਨਾਂ ਮੁੰਡਿਆਂ ਨੇ ਕਹਿੰਦੇ ਦਰਸ਼ਕਾਂ ਦੇ ਦਿਲ ਲੁੱਟ ਲਏ ਹੈ। ਲਓ ਚਪੈਂਜੀ ਦੀ ਰੇਡ, ਆਓ ਸਾਹਮਣੇ ਕਹਿੰਦੇ ਚਪੈਂਜੀ ਦਾ ਲੱਕ ਫੜਿਆ ਗਿਆ। ਲਓ ਕ੍ਰਿਸ਼ ਵੀ ਕਹਿੰਦੇ ਥਾਪੀਆਂ ਮਾਰਦਾ ਹੈ, ਕ੍ਰਿਸ਼ ਵੀ ਥਾਪੀਆਂ। ਗੁਰਨਾਮ ਦੇ ਵੱਲੋਂ ਫਿੱਡੂ ਦੇ ਲਈ 200 ਦੇ ਮਾਨ ਸਨਮਾਨ ਹੈ ਵੀਰੇ, ਪੈਸੇ ਆ ਇਹਨਾਂ ਦਾ ਕੋਚ ਆ ਜੇ ਇਹਨੂੰ ਫੜਾਉਣੇ ਆ। ਔਰ ਜਥੇਦਾਰ ਸਰਦਾਰ ਇੰਦਰਜੀਤ ਸਿੰਘ ਜੀ ਜੀਰਾ ਸਾਹਿਬ ਵੀ ਬਹੁਤ ਵੱਡੇ ਮਾਨ ਸਨਮਾਨ ਇਹਨਾਂ ਬੱਚਿਆਂ ਲਈ ਇਹਨਾਂ ਬੋਲਾਂ ਦਾ ਆਸ਼ੀਰਵਾਦ ਪੁੱਜਦਾ ਕੀਤਾ ਹੈ। ਜ਼ਹਿਰ ਦੀ ਪੈ ਗਈ ਰੇਡ, ਚਾਰੇ ਦੇ ਚਾਰੇ ਤਿਆਰ ਨੇ, ਔਰ ਉਧਰਲੇ ਬੰਨੇ ਕਬੱਡੀ ਦੇ ਮੈਦਾਨ ਵਿੱਚ ਲਵਪ੍ਰੀਤ ਮਨੀਲਾ ਤੇ ਕਾਕਾ ਮਨੀਲਾ ਹੈ। ਆ ਤੇਰਾ ਨਖਰਾ ਮੁੰਡਿਆ, ਇੱਥੇ ਰੱਖ ਇੱਥੇ, ਆ ਲੱਕ ਜਿਹਾ ਹਲਾਉਣਾ ਕਿੱਥੋਂ ਸਿੱਖਿਆ? ਇਹ ਵਿਆਹ ਵਾਲੇ ਵੇਂਦਾ, ਹਾਂ ਆਰਕੈਸਟਰਾ ਜਿਆਦੇ ਦੇਦਾ ਹੋਣਾ। ਉਧਰ ਜਥੇਦਾਰ ਇੰਦਰਜੀਤ ਸਿੰਘ ਜੀ ਜੀਰਾ ਸਾਹਿਬ ਉਹਨਾਂ ਵੱਲੋਂ ਫਿੱਡੂ ਦੇ ਲਈ ਵੱਡੀ ਮਾਇਆ ਦੇ ਗੱਫੇ ਆਏ ਹੈ। ਜਥੇਦਾਰ ਇੰਦਰਜੀਤ ਸਿੰਘ ਜੀ ਜੀਰਾ ਸਿਆਸਤ ਦੇ ਵਿੱਚ ਬਹੁਤ ਵੱਡਾ ਨਾਮ ਹੈ, ਬਹੁਤ ਰਿਸਪੈਕਟਡ ਸ਼ਖਸੀਅਤ ਆ ਜੋ ਸਾਡੇ ਵਿਚਕਾਰ ਨੇ। ਇੱਕ ਵਾਰੀ ਫੇਰ ਤੋਂ ਜੀ ਆਇਆਂ ਨੂੰ ਆਖਦੇ ਆ ਕੋਚ ਸਾਹਿਬ ਮਾਇਆ ਪ੍ਰਾਪਤ ਕਰ ਲਿਓ। ਰੋਡਿਆਂ ਵਾਲਿਆ ਕਾਟੋ ਫੇਰ ਆ ਗਈ, ਕਾਟੋ ਕਾਟੋ ਕਾਟੋ। ਲੋਕ ਬੋਲੀਆਂ 'ਚ ਗੱਲ ਚੱਲਦੀ ਸੀ, ਕੱਲਾ ਨਾ ਜਾਈ ਖੇਤ ਵੇ ਕਿੱਕਰ ਤੇ ਕਾਟੋ ਰਹਿੰਦੀ, ਪਰ ਜਦੋਂ ਅਮਲੀ ਦਾ ਨਸ਼ਾ ਖਿੜਿਆ ਹੋਵੇ ਉਹਦੀ ਕਾਟੋ ਫੁੱਲਾਂ ਤੇ ਰਹਿੰਦੀ ਹੈ। ਹਾਂ ਇਧਰਲੇ ਬੰਨੇ ਦੇਖੋ ਕਈ ਕਾਟੋ ਫੁੱਲਾਂ ਤੋਂ ਲਾਉਣ ਨੂੰ ਫਿਰਦੇ ਹੁੰਦੇ ਆ। ਆਓ ਸਾਹਮਣੇ
टक्कर चल रही है निर्मल सिंह फौजी काटो लई 100 दे मान समान पुछदे करदे आ कोलिया ते जैतू करेले दी टक्कर है दो चार मिनट होर वीर जी मैच चलना है दो चार मिनट लाओ पर उधरले बने मुकाबला है इधरले बने करेला ते लोगड़ लोगड़ ते करेला लै गया ढक के मुंडा उधर साडा वीर गल ही आंदा भी 200 दे मान जेड़ा फिड्डू नु जफा लाऊगा गल ही भी अज तक कहंदे आन चमका मार दिया गल ही दी पग भी पता लगदा भी पिंड दे विच मेला बबले फिड्डू ते किन्ने पैसे लगे अंगला खड़ियां 400 लगा 400 लगा होया फिड्डू नु जेड़ा जफा लावेगा 400 दिता जाएगा सरदार बलविंदर सिंह जी आ गया 500 ला दिया जी 500 ला गया 900 मुंडिया रुमाल चकली भीरा और फिड्डू दियां 3 रेडां दे पैसे होणगे जे फिड्डू नु नहीं जफा लगदा ते 900 फिड्डू दा जे किसे जाफी ने जफा लाता ते 900 कहिंदे जाफी नु दिता जाएगा बिल्कुल होना भी चाहिए क्योंकि रेडर का जोर भी बराबर ही लगता है लाओ सामने आओ मुकाबला सख्त है टक्कर इधर भी चल रही है छोटे छोटे बच्चे आ पर कारनामे बड़े है छोटे छोटे बच्चे आ पर कारनामे बड़े है कोहलिया ते जैतो आ जाण जल्दी दे नाल जहर रेड लाओ जहर दी कबड्डी मेरे मित्रों और साडे सरदार जगिंदर सिंह जी सरपंच दो टीमां लई 200 दे मान सम्मान पुछदे करदे आ लाओ जहर दी रेड मेरे मित्रों मैदान दे विच पै गई है गोपी दुबई फिड्डू लई मान सम्मान वाला भी अजे पैसे प्लीज एक मेरी बेनती है सारे भावां नूं बोले आओ इत्थे इत्थे रख ओए इहदा इक नहीं मान सी इहदा दो हो गए ओ भाई दे नियारा इक वारी ताड़ी जोरदार मार दो ਐਨ ਮੁੰਡਿਆਂ ਨੇ ਦਿਲੀ ਲੁੱਟ ਲਿਆ ਮੈਚ ਸਮਾਪਤ ਹੁਣ ਤਾਂ ਕਈਆਂ ਦੀਆਂ ਲੈ ਵੀ ਬੂਟੇ ਇੱਕ ਗੱਲ ਆ ਵੀ ਅੱਜ ਕੱਲ ਕਬੀਲਦਾਰੀ ਚ ਟੈਨਸ਼ਨਾਂ ਬਹੁਤ ਆ ਪਰ ਇਦਾਂ ਦੇ ਮੈਚ ਦੇਖ ਕੇ ਉਹ ਟੈਨਸ਼ਨਾਂ ਸਭ ਭੁੱਲ ਜਾਂਦੀਆਂ ਲੈਣੇ ਦੇਣੇ ਵਾਲੀਆਂ ਜਿਹੜੀ ਟੀਮ ਕੈਨੇਡਾ ਦੀ ਹੈ ਜਿਹੜੀ ਸੱਜੇ ਪਾਸੇ ਖੇਡਦੀ ਸੀ ਫਿੱਡੂਣ ਵਾਲੀ ਟੀਮ ਉਹਦੇ ਨੰਬਰ 15.5 ਤੇ ਦੂਜੇ ਪਾਸੇ ਜਿਹੜੀ ਟੀਮ ਖੇਡਦੀ ਸੀ ਉਹਦੇ ਨੰਬਰ 10 ਬੜਾ ਵਧੀਆ ਮੈਚ ਖੇਡਿਆ ਗਿਆ ਦੋਨਾਂ ਟੀਮਾਂ ਦਾ ਉਹਨਾਂ ਦੇ ਕੋਚ ਸਾਹਿਬਾਨ ਦਾ ਧੰਨਵਾਦ